ਕਹਿੰਦੇ ਇਸ ਰੱਬ ਤੋਂ ਪਹਿਲਾਂ ਰੱਬ ਕਿਹੜਾ ਉਹ ਰੱਬ ਹੈ ਸਾਡੇ ਮਾਂ ਬਾਪ ਇੱਕ ਤਾੜੀ ਆਪਣੇ ਮਾਂ ਬਾਪ ਲਈ ਮਾਰੋ ਮਾਂ ਬਾਪ ਤੋਂ ਵੱਡਾ ਕੋਈ ਰੱਬ ਨਹੀਂ ਹੁੰਦਾ ਇਨਸਾਨ ਸਾਰੀ ਉਮਰ ਲੱਗਾ ਰਵੇ ਨਾ ਕਿ ਮਾਂ ਬਾਪ ਦੇ ਪਿਆਰ ਦਾ ਮੁੱਲ ਮੋੜਨਾ ਤਾਂ ਇਨਸਾਨ ਦੇ ਕੋਲ ਦੌਲਤ ਨਹੀਂ ਹੈ ਜਿਸ ਦੌਲਤ ਦੇ ਨਾਲ ਉਹ ਮਾਂ ਬਾਪ ਦੇ ਪਿਆਰ ਦਾ ਮੁੱਲ ਮੋੜ ਸਕੇ ਤੇ ਇੱਕ ਗੱਲ ਹੋਰ ਵੀ ਸੱਚੀ ਹੈ ਕੋਈ ਵੀ ਗੁਰੂ ਕੋਈ ਵੀ ਪੀਰ ਕੋਈ ਵੀ ਔਲੀਆ ਦੁਨੀਆ ਤੇ ਸਿੱਧਾ ਨਹੀਂ ਆਉਂਦਾ ਭਾਈ ਹਰੇਕ ਨੇ ਸਫਾਨੀ ਸੰਸਾਰ ਤੇ ਆਉਣ ਲਈ ਮਾਂ ਦੀ ਕੁੱਖ ਦਾ ਸਹਾਰਾ ਲਿਆ ਤਾਂ ਹੀ ਇਹ ਸੰਸਾਰ ਤੇ ਆਇਆ ਇਸ ਲਈ ਮਾਂ ਤੋਂ ਵੱਡਾ ਰੱਬ ਤਾਂ ਕੋਈ ਹੋ ਹੀ ਨਹੀਂ ਸਕਦਾ ਜੇ ਘਰ ਵਿੱਚ ਬੈਠੇ ਮਾਂ ਬਾਪ ਦੁਖੀ ਆ ਨਾ ਇੱਥੇ ਜਿੰਨੇ ਮਰਜ਼ੀ ਨੱਕ ਰਗੜ ਲਿਓ ਗੱਲ ਨਹੀਂ ਬਣਨੀ ਜਿਹੜਾ ਬੰਦਾ ਆਪਣੇ ਮਾਂ ਬਾਪ ਨੂੰ ਦੁਖੀ ਕਰਦਾ ਨਾ ਨਾ ਉਹਨੂੰ ਇੱਥੇ ਟੋਈ ਮਿਲਦੀ ਨਾ ਫਿਰ ਉੱਥੇ ਮਿਲਦੀ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਹੈ ਲਓ ਮੈਂ ਸ਼ੁਰੂਆਤ ਹਮੇਸ਼ਾ ਮਾਂ ਦੇ ਆਸ਼ੀਰਵਾਦ ਤੋਂ ਕਰਦਾ ਜਿਹੜਾ ਬੰਦਾ ਆਪਣੇ ਮਾਂ ਬਾਪ ਦੀ ਕਦਰ ਨਹੀਂ ਕਰਦਾ ਜ਼ਿੰਦਗੀ 'ਚ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਮਾਂ ਬਾਰੇ ਸ਼ਾਇਰ ਕੀ ਲਿਖਦਾ ਜਰਾ ਗੌਰ ਕਰੋ ਮਾਂ ਜਿਹਾ ਮਾਂ ਜਿਹਾ ਕਣ ਛਾਵਾਂ ਬੂਟਾ ਤੇ ਮੈਨੂੰ ਜੱਗ ਤੇ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਸ਼ਾਨ ਉਦਾਰੀ ਤੇ ਰੱਬ ਨੇ ਸਵਰਗ ਬਣਾਏ ਹੋਰ ਕੁਲ ਦੁਨੀਆ ਹੋਰ ਕੁਲ ਦੁਨੀਆ ਦੇ ਬੂਟੇ ਚੜ ਸੁੱਕਿਆ ਸੁੱਕ ਜਾਵੜੇ ਪਰ ਇਹ ਬੂਟਾ ਫੁੱਲਾਂ ਦੇ ਕੁਮਲਾਇਆ ਸੁੱਕ ਜਾ ਸ਼ਾਇਰ ਕੀ ਲਿਖਦਾ ਮਾਂ ਦੀ ਉਸਤਤ ਦੇ ਵਿੱਚ ਤਪਦਾ ਨਹੀਂ ਡਰ ਉਹ ਜਦੋਂ ਸ਼ਾਮਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ ਫਿਕਰ ਜਦੋਂ ਮਾਵਾਂ ਹੁੰਦੀਆਂ ਦਾਨੀ 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 ਫਿਕਰ ਜਦੋਂ ਮਾਵਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ ਫਿਕਰ ਜਦੋਂ ਮਾਵਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ
ਕਰੀ ਜਦੋਂ ਮਾਮਾ ਹੁੰਦੀਆਂ ਦਾਨੀ ਫਿਕਰ ਜਦੋਂ ਮਾਮਾ ਹੁੰਦੀਆਂ ਦਾਨੀ ਫਿਕਰ ਜਦੋਂ